ਖਡੂਰ ਸਾਹਿਬ ਦੇ ਲੋਕ ਜਿੱਦਾਂ ਪਹਿਲਾਂ ਉੱਥੇ ਬੀਬੀ ਖਾਲੜਾ ਜੀ ਹਾਰੇ ਸੀ ਕਿ ਇਸ ਵਾਰ ਉਹ ਲਾਂਭਾ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਲਾ ਦੇਣ। ਖਡੂਰ ਸਾਹਿਬ ਵਾਲਿਆਂ ਕੋਲ ਬਹੁਤ ਵੱਡਾ ਮੌਕਾ ਇਹ ਮੱਥੇ ਤੋਂ ਦਾਗ ਲਾਉਣ ਦਾ ਅਤੇ ਉਹਨਾਂ ਸਾਹਮਣੇ ਮੈਂ ਬੇਨਤੀ ਕਰਦਾ ਵੀ ਆਪਣਾ ਜਿਹੜਾ ਪੰਥ ਦਾ ਯੋਧਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਉਹਨਾਂ ਨੂੰ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਆਪਾਂ ਬਾਹਰ ਲੈ ਕੇ ਆਉਣਾ ਅਤੇ ਐਤਕੀ ਖਡੂਰ ਸਾਹਿਬ ਵਾਲੇ ਵੋਟਾਂ ਪਾਉਣਗੇ ਵੀ ਐਤਕੀ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ। ਤੁਹਾਨੂੰ ਪਤਾ ਹੀ ਆ ਜੀ ਅੰਮ੍ਰਿਤਪਾਲ ਸਿੰਘ ਜੀ ਆਏ ਸੀਗੇ, ਕਿੰਨਿਆਂ ਨੇ ਕੇਸ ਰੱਖੇ ਆ, ਇਹ ਤਾਂ ਇੱਕ ਮਿੰਟ ਦੀ ਖੇਡ ਆ, ਕਦੋਂ ਮੋਨੇ ਸਿਰਾਂ ਦੇ ਉੱਪਰ ਦਸਤਾਰਾਂ ਸਜੇ ਆਣੀਆਂ ਨੇ, ਤੁਸੀਂ ਦੇਖਦੇ ਹੀ ਰਹਿ ਜਾਣਾ ਵੀ ਆਹ ਕੀ ਹੋ ਗਿਆ ਯਾਰ ਪੰਜਾਬ 'ਚ, ਅਤੇ ਹਲੂਣਾ ਮਾਰਨ ਵਾਲਾ ਕੋਈ ਨਾ ਕੋਈ ਚਾਹੀਦਾ ਜੀ। ਠੀਕ ਆ, ਐਤਕੀ ਵੋਟ ਮਕਾਰਾਂ ਨੂੰ ਨਹੀਂ, ਵੋਟ ਕਿਰਦਾਰਾਂ ਨੂੰ ਪਾਓ। ਉੱਧਰ ਅੰਮ੍ਰਿਤਪਾਲ ਸਿੰਘ ਖਾਲਸਾ ਜੀ, ਉਹਨਾਂ ਦਾ ਵਧੀਆ ਕਿਰਦਾਰ ਆ, ਜੇ ਆਪਾਂ ਬਲਟੋਆ ਸਾਹਿਬ ਦੀ ਗੱਲ ਕਰਦੇ ਹਾਂ, ਬਿਰਸਾ ਸਿੰਘ ਬਲਟੋਆ ਜੀ ਦੀ, ਉਹਨਾਂ ਨੂੰ ਤਾਂ 2 ਵਾਰ ਜਿੱਤਾ, ਉਹਨਾਂ ਨੇ ਤਾਂ ਜਿਹੜੀ ਪੰਥ ਦੀ ਸੇਵਾ ਕਰਨੀ ਸੀ ਕਰਦੀ, ਬਸ ਹੁਣ ਉਹਨਾਂ ਨੂੰ ਕਹਿਣੇ ਆ ਵੀ ਅਸੀਂ ਚਲੋ ਤੁਸੀਂ ਪੰਥ ਦੀ ਸੇਵਾ ਬਹੁਤ ਕਰਦੀ ਭਾਈ, ਤੁਸੀਂ ਬਜ਼ੁਰਗ ਹੋ ਗਏ ਹੁਣ ਤੁਸੀਂ ਘਰੇ ਬੈਠੋ ਆਪਣੀ ਸੇਵਾ ਕਰਾਓ, ਅਤੇ ਹੁਣ ਜਿਹੜੇ ਨੌਜਵਾਨ ਆ ਸਾਡੇ, ਕਿਉਂਕਿ ਵੱਡੇ ਵੱਡੇ ਲੀਡਰ ਕਹਿੰਦੇ ਹੁੰਦੇ ਆ ਨਾ ਵੀ ਜਵਾਨੀ ਨੂੰ ਮੌਕਾ ਚਾਹੀਦਾ, ਜਵਾਨੀ ਨੂੰ ਮੌਕਾ ਦੇਣਾ ਚਾਹੀਦਾ, ਮੈਂ ਕਹਿਣਾ ਵੀ ਅੰਮ੍ਰਿਤਪਾਲ ਸਿੰਘ ਜਵਾਨ ਹੀ ਆ ਭਾਈ, 2 ਮੌਕਾ। ਖਡੂਰ ਸਾਹਿਬ ਦੇ ਲੋਕ ਜਿੱਦਾਂ ਪਹਿਲਾਂ ਉੱਥੇ ਬੀਬੀ ਖਾਲੜਾ ਜੀ ਹਾਰੇ ਸੀ ਕਿ ਇਸ ਵਾਰ ਉਹ ਲਾਂਭਾ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਲਾ ਦੇਣਗੇ, ਕਿਉਂਕਿ ਉਹਨਾਂ ਦੇ ਕਲੰਕ ਆਏ ਬਹੁਤ ਵੱਡਾ ਪਹਿਲਾਂ ਲੱਗਿਆ ਹੋਇਆ। ਨਹੀਂ ਫਿਰ ਦੇਖ ਲਓ ਤੁਸੀਂ, ਖੰਡੂਰ ਸਾਹਿਬ ਵਾਲਿਆਂ ਨੂੰ ਮੈਂ ਗੱਲ ਕਹਿਣੀ ਚਾਹੁੰਦਾ ਵੀ ਅੱਗੇ ਤੁਹਾਡੇ ਮੱਥੇ ਦੇ ਉੱਪਰ ਐਡਾ ਦਾਗ ਲੱਗਿਆ ਹੋਇਆ ਕਿ ਤੁਸੀਂ ਬੀਬੀ ਖਾਲੜਾ ਜੀ ਨੂੰ ਹਰਾਇਆ, ਠੀਕ ਹੈ, ਅੱਜ ਤਾਂ ਹੀ ਉਹਨਾਂ ਦੇ ਜਵਾਕ ਲਾਹਣਤਾ ਪਾਉਂਦੇ ਆਪਦੇ ਬਜ਼ੁਰਗਾਂ ਨੂੰ ਵੀ ਤੁਸੀਂ ਇਹ ਕੀਤਾ ਕੀ ਆ, ਤੁਸੀਂ ਸਾਰੀ ਜ਼ਿੰਦਗੀ ਦਾ ਕਲੰਕ ਸਾਡੇ ਮੱਥੇ ਦੇ ਉੱਪਰ ਮੜਤਾ, ਅਤੇ ਹੁਣ ਉਹਨਾਂ ਦੇ ਕੋਲ ਵੇਲਾ ਗਾ ਉਹ ਦਾਗ ਧੋਣ ਦਾ, ਨਹੀਂ ਅੱਗੇ ਉਹਨਾਂ ਦੀਆਂ ਪੀੜ੍ਹੀਆਂ ਲਾਹਣਤਾ ਪਾਉਣਗੀਆਂ ਕਿ ਬਾਪੂ ਤੂੰ ਐਂ ਕੀਤਾ ਸੀ, ਸਾਡਾ ਯੋਧਾ ਜੇਲ੍ਹ ਦੇ ਵਿੱਚ ਬੈਠਾ ਸੀ, ਤੁਸੀਂ ਵੋਟਾਂ ਨਹੀਂ ਪਾਈਆਂ ਉਹਨੂੰ ਕਢਾਉਣ ਦੇ ਲਈ, ਵੀ ਨਹੀਂ ਅੱਜ ਪੰਜਾਬ ਦੇ ਹਾਲਾਤ ਕੁਛ ਹੋਰ ਹੋਣੇ ਸੀ, ਖੰਡੂਰ ਸਾਹਿਬ ਵਾਲਿਆਂ ਕੋਲ ਬਹੁਤ ਵੱਡਾ ਮੌਕਾ ਇਹ ਮੱਥੇ ਤੋਂ ਦਾਗ ਲਾਉਣ ਦਾ, ਅਤੇ ਉਹਨਾਂ ਸਾਹਮਣੇ ਮੈਂ ਬੇਨਤੀ ਕਰਦਾ ਵੀ ਆਪਣਾ ਜਿਹੜਾ ਪੰਥ ਦਾ ਯੋਧਾ ਹੈਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਉਹਨਾਂ ਨੂੰ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਆਪਾਂ ਬਾਹਰ ਲੈ ਕੇ ਆਉਣਾ, ਅਤੇ ਐਤਕੀ ਖੰਡੂਰ ਸਾਹਿਬ ਵਾਲੇ ਵੋਟਾਂ ਪਾਉਣਗੇ ਵੀ ਐਤਕੀ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਜੀ। ਅੰਮ੍ਰਿਤਪਾਲ ਸਿੰਘ ਜੀ ਆਏ ਸੀਗੇ, ਕਿੰਨਿਆਂ ਨੇ ਕੇਸ ਰੱਖੇ ਆ, ਇਹ ਤਾਂ ਇੱਕ ਮਿੰਟ ਦੀ ਖੇਡ ਆ, ਕਦੋਂ ਮੋਨੇ ਸਿਰਾਂ ਦੇ ਉੱਪਰ ਦਸਤਾਰਾਂ ਸਜੇ ਆਣੀਆਂ ਨੇ, ਤੁਸੀਂ ਦੇਖਦੇ ਹੀ ਰਹਿ ਜਾਣਾ ਵੀ ਆਹ ਕੀ ਹੋ ਗਿਆ ਯਾਰ ਪੰਜਾਬ 'ਚ, ਅਤੇ ਹਲੂਣਾ ਮਾਰਨ ਵਾਲਾ ਕੋਈ ਨਾ ਕੋਈ ਚਾਹੀਦਾ ਜੀ। ਐਤਕੀ ਵੋਟ ਮਕਾਰਾਂ ਨੂੰ ਨਹੀਂ, ਵੋਟ ਕਿਰਦਾਰਾਂ ਨੂੰ ਪਾਓ ਹਮੇਸ਼ਾ, ਉੱਧਰ ਤੁਸੀਂ ਕਿਰਦਾਰ ਦੇਖੋ ਬੰਦੇ ਦਾ ਵੀ ਕਿਰਦਾਰ ਹੈ ਕੀ ਆ ਬੰਦੇ ਦਾ, ਹੁਣ ਸਿਮਰਨਜੀਤ ਸਿੰਘ ਮਾਨ ਆ ਇੱਕ ਕਿਰਦਾਰ ਆ ਇਹਨਾਂ ਦਾ, ਪੰਥ ਦੇ ਲਈ ਇਹਨਾਂ ਨੇ ਇੰਨਾ ਕੁਛ ਕੀਤਾ ਗਾ, ਠੀਕ ਆ, ਅਤੇ ਦੂਜੇ ਪਾਸੇ ਤੁਸੀਂ ਹੋਰ ਕਿਸੇ ਦੀਆਂ ਮੈਨੂੰ ਦਿਖਾ ਦਿਓ ਕੀ ਕੁਰਬਾਨੀਆਂ। ਉੱਧਰ ਅੰਮ੍ਰਿਤਪਾਲ ਸਿੰਘ ਖਾਲਸਾ ਜੀ, ਉਹਨਾਂ ਦਾ ਵਧੀਆ ਕਿਰਦਾਰ ਆ, ਜੇ ਆਪਾਂ ਬਲਟੋਆ ਸਾਹਿਬ ਦੀ ਗੱਲ ਕਰਦੇ ਹਾਂ, ਬਿਰਸਾ ਸਿੰਘ ਬਲਟੋਆ ਜੀ ਦੀ, ਉਹਨਾਂ ਨੂੰ ਤਾਂ 2 ਵਾਰ ਜਿੱਤਾ ਦਾ, ਉਹਨਾਂ ਨੇ ਤਾਂ ਜਿਹੜੀ ਪੰਥ ਦੀ ਸੇਵਾ ਕਰਨੀ ਸੀ ਕਰਦੀ, ਬਸ ਹੁਣ ਉਹਨਾਂ ਨੂੰ ਕਹਿਣੇ ਆ ਵੀ ਅਸੀਂ ਚਲੋ ਤੁਸੀਂ ਪੰਥ ਦੀ ਸੇਵਾ ਬਹੁਤ ਕਰਦੀ ਭਾਈ, ਤੁਸੀਂ ਬਜ਼ੁਰਗ ਹੋ ਗਏ ਹੁਣ ਤੁਸੀਂ ਘਰੇ ਬੈਠੋ ਆਪਣੀ ਸੇਵਾ ਕਰਾਓ, ਅਤੇ ਹੁਣ ਜਿਹੜੇ ਨੌਜਵਾਨ ਆ ਸਾਡੇ, ਕਿਉਂਕਿ ਵੱਡੇ ਵੱਡੇ ਲੀਡਰ ਕਹਿੰਦੇ ਹੁੰਦੇ ਆ ਨਾ ਵੀ ਜਵਾਨੀ ਨੂੰ ਮੌਕਾ ਚਾਹੀਦਾ, ਜਵਾਨੀ ਨੂੰ ਮੌਕਾ ਦੇਣਾ ਚਾਹੀਦਾ, ਮੈਂ ਕਹਿਣਾ ਵੀ ਅੰਮ੍ਰਿਤਪਾਲ ਸਿੰਘ ਜਵਾਨ ਹੀ ਆ ਭਾਈ, 2 ਮੌਕਾ, ਲੱਖਾਂ ਸਿਧਾਣਾ ਜਵਾਨ ਹੀ ਆ, 2 ਮੌਕਾ ਉਹਨਾਂ ਨੂੰ, ਜਵਾਨੀ ਨੇ 2 ਮੌਕਾ, ਫਿਰ ਜਦੋਂ ਜਵਾਨੀ ਨੂੰ ਮੌਕਾ ਦੇਣ ਦੀ ਗੱਲ ਆਉਂਦੀ ਆ, ਫਿਰ ਕਈ ਲੀਡਰ ਸਵਾਲ ਕਰਦੇ ਆ ਵੀ ਭਾਈ ਇੱਥੇ ਵੀ ਇਹਨਾਂ ਨੂੰ ਆਏ ਨਹੀਂ ਪਤਾ, ਇਹਨਾਂ ਨੂੰ ਫਲਾਣਾ ਨਹੀਂ ਪਤਾ, ਧਿਉਂਕਾ ਨਹੀਂ ਪਤਾ, ਵੀ ਪਹਿਲਾਂ ਤੁਸੀਂ ਸਿਆਸਤ ਦੇ ਵਿੱਚ ਲੈ ਕੇ ਤਾਂ ਆਓ,